वाहिगुरु जी का खालसा, वाहिगुरु जी की फतेह। हाँ जी, मैं हरकीत कौर, साढ़े चैनल ते सोडा बहुत बहुत स्वागत है जी। हाँ जी, आपां सोडे नाल सवेर दे कम शेयर करदे हां जी। सरदार जी ने मझां पाणी पिया के परां बन्न दित्तियां ने, बाहरले साइड विच कुछ बाहर बन्न दित्तियां ने। हाँ जी, अज धुंद बहुत पै रही है ते कम करन नूं बिल्कुल मन नहीं करदा। हाँ जी, सरदार जी पौन लग गए तूड़ी, मैं मझां थलों संभरन लग गई हाँ। मझां अपने बन्न दित्तियां बाहर, अज धुंद भी बहुत है जी, क्योंकि फिर अंदर मझां खड़दियां भी नहीं, जच भी करन लग जांदी ने भी सानूं छेती बाहर कढ़ो। हूँ तो वज गए ने सवेर दे 9, धुंद हजे बहुत है। धुप तां 11 बजे निकलूगी। तो सरदार जी तूड़ी पौन लग गए ते मैं मझां थलों मांजा संभरन लग। हाँ जी, सरदार जी पा रहे ने तूड़ी ते मैं आपदा मझां थलों संभर दिया। दो जने तो कुछ टाइम भी नहीं लगता जी कम करन। ठंड विच अज मेरा बिल्कुल मन नहीं सी करदा तूड़ी पा के सन्नी करन नूं। मैं सरदार जी नूं कहा तुसीं तूड़ी पा के अज सन्नी करो, मेरा मन नहीं करदा जी। पता नहीं की होया जी, अज मेरा सन्नी करन जमा जी नहीं करिया। सरदार जी नूं सन्नी करन लाया सन्नी, हाँ जी अज सरदार जी पा रहे ने तूड़ी। ये तूड़ी अज बहुत टाइम बाहर पा रहे ने सन्नी, तो जी मैं ही करती होंगी हाँ। सरदार जी सारा काम कर देंदे ने तूड़ी पा के सन्नी करन तो टालदे ने, कहते मैंने बहुत औखी लगती तूड़ी पाउनी। अज कुछ शरीर ठीक नहीं हैगा जी, ठंड लगी पई है, इस करके सरदार जी तूड़ी पा रहे ने सन्नी करते ने। चलो जी, सरदार जी पा रहे ने तूड़ी, आपां अपना संभर के गवा सिटना। आपां तां अज फ्री हाँ सन्नी तो, ते अज सरदार जी करनगे सन्नी। पानी पिया के इन्होंने मझां बन्न दित्तियां ने। हाँ जी, दुबारे तो दो बठल ही होणगे गोहे दे, केर आपां पहला सुट्टा सी गोहा। तो सरदार जी ने भी तूड़ी पा ली है ते सन्नी लग गए ने करन। सन्नी आपां पानी पा के करदे हुंदे आ, क्योंकि अपनी फीड पाउने आ पानी दी, सन्नी करके फीड पाउने आ। फीड 'च अपने सारा कुछ पवाया होया, इस करके आपां पानी दी सन्नी करके फीड पा दिंदे हुंदे आ उत्ते। ते चलो जी, अपने सरदार जी लग गए ने सन्नी करन, ते मेरा भी संभरिया गया ते मैं भी आपदा गोहा सुट दूंगी।
ਅਤੇ ਸਰਦਾਰ ਜੀ ਕਰਨਗੇ ਦੁੱਧ ਵਾਲੀਆਂ ਮੱਝਾਂ ਨੂੰ ਸੰਨੀ, ਅਤੇ ਦੂਜੀਆਂ ਨੂੰ ਪਾਉਣਗੇ ਕੱਟਰਵਣ, ਅਤੇ ਝੋਟੀ ਨੂੰ ਹਰਾ ਅਤੇ ਤੂੜੀ 'ਚ ਰਲਾ ਕੇ। ਹਾਂਜੀ, ਇਹ ਮਸ਼ੀਨ ਵਾਲਾ ਤਾਂ ਆਪਾਂ ਦੁਬਾਰਾ ਸੰਭਰਦੇ ਹਾਂ, ਕਿਉਂਕਿ ਜਦੋਂ ਮੱਝਾਂ ਬਾਹਰੇ ਕੱਢਦੇ ਹਾਂ ਉਦੋਂ ਸਾਰੇ ਗੋਹਾ ਖੰਡਿਆ ਜਾਂਦੇ ਨੇ ਇੱਥੇ। ਹੁਣ ਆਪਣੇ ਕੱਖ ਲਿਆ ਕੇ ਧਰਨਗੇ ਹੋਰ, ਅਤੇ ਫਿਰ ਗੋਹਾ ਆਪਣੇ ਪਰਾਂ ਸੰਭਰਦਾ ਨਹੀਂ, ਉਹ ਕਿੱਧਰ ਨਹੀਂ ਗੋਹਾ ਆਉਂਦਾ ਜੀ, ਮੱਝਾਂ ਦੇ ਗੋਹੇ ਵਾਲੇ ਪੈਰ ਆ ਜਾਂਦੇ ਨੇ, ਕਿਉਂਕਿ ਫਿਰ ਗੋਹੇ 'ਚੋਂ ਕੱਖਾਂ 'ਚ ਗੋਹੇ ਸਮੈਲ ਆਉਣ ਕਰਕੇ ਮੱਝਾਂ ਕੱਖ ਨਹੀਂ ਖਾਂਦੀਆਂ। ਅਤੇ ਮੈਂ ਮਸ਼ੀਨ ਦੁਬਾਰਾ ਸੰਭਰ ਦਿੱਤੀ ਹੈ, ਮੱਝਾਂ ਦੇ ਪੈਰਾਂ ਨਾਲ ਗੋਹਾ ਆ ਜਾਂਦਾ ਮਸ਼ੀਨ ਵਾਲੇ ਥਾਵੇਂ। ਹਾਂਜੀ, ਸਰਦਾਰ ਜੀ ਨੇ ਮੱਝਾਂ ਨੂੰ ਸੰਨੀ ਕਰ ਦਿੱਤੀ ਹੈ, ਅਤੇ ਗਾਂ ਨੂੰ ਰਹਿ ਗਈ ਹੈ ਸੰਨੀ ਕਰਨੀ। ਚਲੋ ਜੀ, ਗਾਂ ਦੀ ਸੰਨੀ ਕਰ ਰਹੇ ਨੇ ਸਰਦਾਰ ਜੀ। ਹਾਂਜੀ, ਗਾਂ ਨੂੰ ਸੰਨੀ ਕਰ ਦਿੱਤੀ ਹੈ, ਅਤੇ ਹੁਣ ਸਰਦਾਰ ਜੀ ਪਾ ਰਹੇ ਨੇ ਕੱਟਰੋਂ ਨੂੰ ਕੱਖ। ਅੱਗੇ ਇੱਥੇ ਗਾਂ ਹੁੰਦੀ ਜੀ, ਹੁਣ ਆਪਾਂ ਇੱਥੇ ਛੋਟੇ ਕੱਟਰੋਂ ਬੰਨ੍ਹਦੇ ਹਾਂ, ਇਹਨਾਂ ਨੂੰ ਰਲਾ ਦਿੱਤਾ ਹਰਾ, ਅਤੇ ਹੁਣ ਝੋਟੀ ਨੂੰ ਰਲਾਉਣਗੇ ਸਰਦਾਰ ਜੀ ਹਰਾ। ਇਹ ਖੋਲ੍ਹ ਲਈ ਅਤੇ ਆਪਾਂ ਕੱਟਰੋਂ ਅਤੇ ਝੋਟੀ ਕਰ ਦਿੱਤੀ ਹੈਗੀ, ਅਤੇ ਨੀਕੇ ਕੱਟਰੋਂ ਹੋ ਜਾਂਦੇ ਨੇ ਸਾਰੇ, ਇੱਕ ਝੋਟੀ ਬੰਨ੍ਹਦੇ ਹੁੰਦੇ। ਹੁਣ ਇਹ ਖੋਲ੍ਹ ਲਈ ਅਤੇ ਆਪਾਂ ਠੰਡ 'ਚ ਅੰਦਰ ਹੀ ਛੋ ਲੈਣੇ ਮੱਝਾਂ। ਆਪਾਂ ਮੱਝਾਂ ਦੇ ਥਾਂ ਦੀ ਅਦਲਾ ਬਦਲੀ ਕਰ ਦਿੱਤੀ ਹੈ। ਹਾਂਜੀ, ਇਹ ਜਿਹੜਾ ਹਰਾ ਪਿਆ ਸੀ, ਇਹ ਗਾਂ ਨੂੰ ਰਲਾ ਰਹੇ ਨੇ ਸਰਦਾਰ ਜੀ, ਅਤੇ ਮੱਝਾਂ ਨੂੰ ਆਪਾਂ ਬਾਅਦ ਵਿੱਚ ਤਾਜ਼ਾ ਰਲਾਵਾਂਗੇ ਜਦੋਂ ਹੋਰ ਕੱਖ ਲਿਆਉਣਗੇ ਟੋਕਾ ਕਰਕੇ।
ਇਹ ਗਾਈ ਹਰੇ ਤੋਂ ਬਿਨਾਂ ਸੰਨੀ ਨਹੀਂ ਖਾਂਦੀ, ਇਸ ਕਰਕੇ ਜਿਹੜਾ ਬਚਿਆ ਹੁੰਦਾ ਘੱਟੋ ਨੂੰ ਪਾ ਦੇਣਾ, ਕੁਛ ਸਾਰਾ ਕੁਛ ਗਾਈ ਨੂੰ ਪਾ ਦੇਣਗੇ। ਅਤੇ ਸਰਦਾਰ ਜੀ ਨੇ ਗਾਈ ਨੂੰ ਹਰਾ ਰਲਾ ਦਿੱਤਾ। ਹਾਂਜੀ, ਸਾਰੀਆਂ ਮੱਝਾਂ ਨੂੰ ਸੰਨੀ ਰਲ ਗਈ ਹੈ ਅਤੇ ਕੱਖ ਵੀ ਪੈ ਗਏ ਨੇ। ਹੁਣ ਸਰਦਾਰ ਜੀ ਪਾ ਰਹੇ ਨੇ ਦਾਣਾ ਫੀਡ, ਅਤੇ ਮੱਝਾਂ ਨੂੰ ਪਾਈ ਜਾਂਦੇ ਨੇ ਦੁੱਧ ਵਾਲੀਆਂ ਨੂੰ ਫੀਡ। ਅਤੇ ਦੋ ਜਣਿਆਂ ਤੋਂ ਕੁਛ ਟਾਈਮ ਨਹੀਂ ਲੱਗਦਾ ਜੀ, ਅੱਜ ਆਪਾਂ ਹੈਗੇ ਹਾਂ ਫਿਰੀ। ਸਰਦਾਰ ਜੀ ਨੇ ਤੂੜੀ ਵੀ ਪਾ ਦਿੱਤੀ ਹੈ, ਸੰਨੀ ਵੀ ਕਰ ਦਿੱਤੀ ਹੈ, ਮੱਝਾਂ ਨੂੰ ਪਾਣੀ ਵੀ ਪਿਆ ਦਿੱਤਾ ਹੈ, ਅਤੇ ਆਪਾਂ ਤਾਂ ਅੱਜ ਫਿਰੀ ਹਾਂ। ਅਤੇ ਸਰਦਾਰ ਜੀ ਕਹਿੰਦੇ ਅੱਜ ਫਿਰ ਤੁਸੀਂ ਤੁਹਾਡਾ ਕੀ ਕੰਮ ਹੈ? ਮੈਂ ਆਖਿਆ ਮੇਰਾ ਬਹੁਤ ਕੰਮ ਹੈ, ਅਤੇ ਨਹੀਂ ਮੈਂ ਹੁਣ ਕੱਪੜੇ ਵੀ ਧੋ ਦਿੱਤੇ ਨੇ ਅਤੇ ਮੈਂ ਲਗਾਊਂ ਪੋਚੇ, ਸਾਡੀ ਬੀਬੀ ਬਣਾ ਦੇਊਗੀ ਰੋਟੀ। ਅਤੇ ਸੁਖਮਨ ਅਤੇ ਗੁਰਮਨ ਨੇ ਅੱਜ ਕੇਸੀ ਨਹਾਉਣਾ ਹੈਗਾ, ਸਿਰ ਵਾਲ ਧੋਣੇ ਨੇ ਆਪਦੇ, ਅਤੇ ਉਹਨਾਂ ਨੇ ਹੁਣ ਵਾਲ ਧੋਊਂਗੀ, ਧੁੱਪ ਨਿਕਲ ਸੁਕਾ ਕੇ ਸਿਰ ਵਾਹ ਦੇਊਂਗੀ। ਅਤੇ ਜਦੋਂ ਸਾਰੇ ਕੰਮ ਕਰਨ ਜੀ, ਕੰਮਾਂ ਤੋਂ ਕੋਈ ਟਾਈਮ ਨਹੀਂ ਲੱਗਦਾ, ਦਿਨ ਬਹੁਤ ਛੋਟੇ ਹੋ ਜਾਂਦੇ ਨੇ। ਚਲੋ ਜੀ, ਆਪਣੇ ਸਰਦਾਰ ਜੀ ਨੇ ਕਰ ਦਿੱਤੀ ਹੈ ਸੰਨੀ, ਅਤੇ ਕੱਟੀ ਵੰਡਣ ਵਾਲੀ ਰਹਿ ਗਈ ਹੈ, ਅਤੇ ਮੈਂ ਉੱਧਰ ਦੂਜੀ ਫੋਲੀ ਅਤੇ ਹੁਣ ਕੱਟੀ ਵੀ ਬੰਨੂਗੀ। ਹਾਂਜੀ, ਸਰਦਾਰ ਜੀ ਨੇ ਸਾਰੀਆਂ ਮੱਝਾਂ ਨੂੰ ਸੰਨੀ ਕਰ ਦਿੱਤੀ ਹੈ, ਅਤੇ ਮੈਂ ਆਪਣਾ ਸੰਭਰ ਕੇ ਗੋਹਾ ਵੀ ਸੁੱਟ ਦਿੱਤਾ, ਅਤੇ ਇੱਧਰ ਮੈਂ ਕੱਟੀ ਬੰਨਦੀ ਹਾਂ ਖੋਲ੍ਹੀ, ਅਤੇ ਇਹ ਇੱਥੇ ਸਾਰੇ ਦਿਨ ਕੱਖ ਖਾ ਲੂਗੀ। ਹਾਂਜੀ, ਛੋਟੇ ਕੱਟਰੂਆਂ ਨੂੰ ਬੱਠਲ ਵਿੱਚ ਕੱਖ ਨਹੀਂ ਧਰਨੇ ਚਾਹੀਦੇ, ਅਤੇ ਉੱਚੀ ਖੋਲ੍ਹੀ ਵਿੱਚ ਹੀ ਕੱਖ ਪਾਉਣੇ ਚਾਹੀਦੇ ਨੇ, ਕਿਉਂਕਿ ਲੱਤਾਂ ਜੇ ਆਪਾਂ ਛੋਟੇ ਕੱਟਰੂਆਂ ਨੂੰ ਬੱਠਲ ਵਿੱਚ ਕੱਖ ਧਰਦੇ ਹਾਂ ਤਾਂ ਮੂਹਰਲੀਆਂ ਲੱਤਾਂ ਵਿੰਗੀਆਂ ਹੋ ਜਾਣੀਆਂ, ਢਿੱਡ ਜਾਂ ਨਿਕਲ ਆਉਂਦਾ ਜੀ,
ਅਤੇ ਇਸ ਕਰਕੇ ਆਪਾਂ ਬੱਠਲ ਵਿੱਚ ਕੱਟੀ ਨੂੰ ਕੱਖ ਨਹੀਂ ਧਰਦੇ, ਅਤੇ ਆਪਾਂ ਖੋਲੀ ਵਿੱਚ ਹੀ ਖਵਾਉਣੇ ਹੁੰਦੇ, ਉੱਚੀ ਜਿਹੀ ਛੰਨੀ ਕਰਕੇ ਧਰ ਦਾਂਗੇ ਅਤੇ ਇਹ ਖਾ ਲਊਗੀ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।